ਸਸ਼ਤਰਕਾਲ ਕੈਨੇਡੀਅਨਸਾ ਟੀਵੀ ਦੇ ਨਾਲ ਤੁਸੀਂ ਜੁੜੇ ਹੋਈਆਂ ਮੈਂ ਹਾਂ ਸ਼ੀਤਲ ਠਾਕੁਰ ਖਬਰਾਂ ਦਾ ਬੁਲੇਟਨ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਆਓ ਚਾਤ ਮਾਰਦੇ ਆਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਯੂਕਰੇਨ ਦੇ ਰਾਸ਼ਟਰਪਤੀ ਨੇ ਵਾਅਦੇ ਤਨ ਆਵ ਦੇ ਵਿਚਕਾਰ ਪੁਤਿਨ ਨੂੰ ਗੱਲਬਾਤ ਦਾ ਦਿੱਤਾ ਪ੍ਰਸਤਾਵ ਯੂਕਰੇਨ ਦੇ ਡੋਨਾਬਾਸ ਦੇ ਵਿੱਚ ਮੰਤਰੀ ਪੱਤਰਕਾਰ ਹਮਲੇ ਦੀ ਚਪੇਟ ਦੇ ਵਿੱਚ ਅਫਗਾਨ ਸ਼ਰਨਾਰਥੀਆਂ ਦਾ ਆਖਰੀ ਸਮੂਹ ਨਿਊ ਜਰਸੀ ਤੋਂ ਹੋਇਆ ਰਵਾਨਾ ਕੈਨੇਡਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਨੂੰ ਪਈ ਠਾਲ ਪਰ ਰਾਜਨੀਤੀ ਨੂੰ ਕਰ ਸਕਦੇ ਨੇ ਪ੍ਰਭਾਵਿਤ ਕੈਨੇਡੀਅਨ ਪੁਲਿਸ ਨੇ OTTAWA ਦੇ ਵਿੱਚ ਸੰਸਦ ਵਿਹਲੇ ਦੁਆਲੇ ਦੀਆਂ ਸੜਕਾਂ ਨੂੰ ਕਬਜ਼ੇ ਦੇ ਵਿੱਚ ਲਿਆ ਹੁਣ Quebec ਕਾਉਂਟ ਵਾਲੇ ਨਵੇਂ ਇਮੀਗ੍ਰੈਂਟਸ ਅਤੇ ਰਿਫਿਊਜੀਆ ਨੂੰ 6 ਮਹੀਨੇ ਦੀ ਸਿੱਖਣੀ ਪਵੇਗੀ French ਰਾਘਵ ਚੱਡਾ ਬੋਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪੂਰੀ ਬਹੁਮਤ ਦੇ ਨਾਲ ਬਣਾਵੇਗੀ ਸਰਕਾਰ ਫਿਰ BJP ਨੂੰ ਦੇਵਾਗੇ ਟੱਕਰ ਡੇਰਾ ਮੁਖੀ ਰਾਮ ਰਹੀਮ ਦੀ ਫਰਲੋ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਅੱਜ ਹਾਈ ਕੋਰਟ ਦੇ ਵਿੱਚ ਪੇਸ਼ ਕਰੇਗੀ ਦਲੀਲਾਂ ਪੰਜਾਬ ਦੇ ਵਿੱਚ 88% ਦੀ ਰਿਹਾ ಮತਦਾਨ ਪੋਲਿੰਗ ਦੇ ਵਿੱਚ ਮਾਨਸਾ ਰਿਹਾ ਟੌਪ ਤੇ ਤੇ ਅਮ੍ਰਿਤਸਰ ਦੇ ਵਿੱਚ ਸਭ ਤੋਂ ਘੱਟ ਪਈਆਂ ਵੋਟਾਂ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ 2 ਨੂੰ ਹੋਇਆ ਕਰੋਨਾ ਪੀਐਮ ਮੋਦੀ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ ਆਉਣ ਵਾਲੀ ਹੈ ਕਰੋਨਾ ਵਰਗੀ ਇੱਕ ਹੋਰ ਮਹਾਮਾਰੀ ਇਸ ਚੇਤਾਵਨੀ ਨੇ ਵਧਾਇਆ ਤਣਾਅ ਸੀਐਮ ਚੰਨੀ ਤੇੜਕੇ ਸਾਫ ਕਾ ਮੁੱਖ ਮੰਤਰੀ ਕੈਪਟਨ ਕਿਹਾ ਮੇਰੇ ਕਿਤੇ ਵਿਕਾਸ ਕੰਮ ਦਾ ਲੈ ਰਿਹਾ ਹੈ ਕ੍ਰੈਡਿਟ ਹੁਣ ਖਬਰਾਂ ਵਿਸਥਾਰ ਨਾਲ ਉਧਰ ਵੱਧਦੇ ਤਣਾਅ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸ਼ਨੀਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮੀਟਿੰਗ ਕਰਕੇ ਸੰਕਟ ਦਾ ਹੱਲ ਕੱਢਣ ਦਾ ਪ੍ਰਸਤਾਵ ਦਿੱਤਾ ਜ਼ੇਲੈਂਸਕੀ ਨੇ ਮਿਊਨਿਕ ਸੁਰੱਖਿਆ ਸੰਮੇਲਨ ਦੇ ਵਿੱਚ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਰੂਸ ਦੇ ਰਾਸ਼ਟਰਪਤੀ ਕੀ ਚਾਹੁੰਦੇ ਨੇ ਇਸੇ ਲਈ ਮੈਂ ਉਨ੍ਹਾਂ ਦੀ ਮੁਲਾਕਾਤ ਦਾ ਪ੍ਰਸਤਾਵ ਦਿੰਦਾ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਗੱਲਬਾਤ ਦੇ ਲਈ ਥਾਂ ਦੀ ਝੋੜ ਕਰ ਸਕਦਾ ਹੈ ਜ਼ੇਲੈਂਸਕੀ ਨੇ ਸੁਰੱਖਿਆ ਸੰਮੇਲਨ ਤੋਂ ਵੱਖ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰੀਜ਼ਨ ਨਾਲ ਵੀ ਮੁਲਾਕਾਤ ਕੀਤੀ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਸੰਕਟ ਦੇ ਸ਼ ਸਿਰਫ ਕੂਟਨੀਤੀ ਦੇ ਰਾਤੇ ਚੱਲਦਾ ਰਹੇਗਾ ਜ਼ਲੈਂਸਕੀ ਦੇ ਇਸ ਪ੍ਰਸਤਾਵ ਤੇ ਰੂਸ ਦੇ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਜ਼ਲੈਂਸਕੀ ਨੇ ਇਹ ਪ੍ਰਸਤਾਵ ਅਜੇ ਹੀ ਸਮੇਂ ਦੇ ਵਿੱਚ ਦਿੱਤਾ ਜਦੋਂ ਪੂਰਬੀ ਯੂਕਰੇਨ ਦੇ ਵਿੱਚ ਵੱਖਵਾਦੀ ਨੇਤਾਵਾਂ ਨੇ ਖੇਤਰ ਦੇ ਵਿੱਚ ਹਿੰਸਾ ਵਧਣ ਅਤੇ ਇਸ ਦੀ ਆਰਡ ਦੇ ਵਿੱਚ ਰੂਸ ਦੇ ਹਮਲਾ ਕਰਨ ਸੰਬੰਧੀ ਪੱਛਮੀ ਦੇਸ਼ਾਂ ਦੇ ਖੱਛੇ ਦੇ ਵਿਚਕਾਰ ਸ਼ਨੀਵਾਰ ਨੂੰ ਪੂਰਨ ਮਿਲਟਰੀ ਲਾਬੰਦੀ ਦਾ ਅਤੀਸ਼ਟ ਤ ਹੈ ਅਗਲੇ ਕੁਝ ਦਿਨਾਂ ਦੇ ਵਿੱਚ ਯੁੱਧ ਹੋਣ ਦੇ ਖੱਤਸ਼ੇ ਦੇ ਵਿਚਕਾਰ ਜਰਮਨੀ ਅਤੇ ਆਸਟਰੀਆ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੇ ਲਈ ਕਿਹਾ ਜਰਮਨ ਹਵਾਬਾਜ਼ੀ ਕੰਪਨੀ ਲੂਫਤਾਂਸਾ ਨੇ ਰਾਸ਼ਤਾਨੀ ਕੀਵ ਅਤੇ ਓਡੀਸਾ ਦੇ ਲਈ ਉਡਾਣਾ ਰੱਤ ਕਰ ਦਿੱਤੀਆਂ ਇਸ ਦੇ ਵਿੱਚ ਪੂਰਬੀ ਯੂਕਰੇਨ ਦੇ ਵਿੱਚ ਯੂਕਰੇਨੀ ਸੈਨਾ ਦੇ ਅਧਿਕਾਰੀਆਂ ਤੇ ਗੋਲਬਾਰੀ ਵੀ ਕੀਤੀ ਗਈ ਅਧਿਕਾਰੀਆਂ ਨੇ ਗੋਲਬਾਰੀ ਤੋਂ ਬਚਨ ਅਤੇ ਖੇਤਰ ਦੇ ਵਿੱਚ ਬੰਬ ਰੋਦੀ ਆਸਰਾ ਸਥਾਨ ਲਈ ਸ਼ਰਨ ਲਈ ਖੇਤਰ ਦੇ ਦੌਰੇ ਤੇ ਗਏ ਐਸੋਸੀਏਟ ਪ੍ਰੈਸ ਦੇ ਇੱਕ ਪੱਤਰਕਾਰ ਨੇ ਜ਼ਿਕਰ ਕਰ ਦਿੱਤੀ ਹੈ ਦੋਨੇਸਤ ਖੇਤਰ ਦੇ ਵਿੱਚ ਰੂਸ ਦੇ ਸਮਰਥਕ ਵਖਵਾਦੀ ਸਰਕਾਰ ਦੇ ਪ੍ਰਮੁੱਖ ਡੈਨਿਸ ਪੁਸ਼ਲਿੰ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਪੂਰਨ ਮਿਲਟਰੀ ਲਾਂਬੰਦੀ ਦੀ ਘੋਸ਼ਣਾ ਕੀਤੀ ਅਤੇ ਰਿਜ਼ਰਵ ਵੈਲ ਦੇ ਮੈਂਬਰਾਂ ਨੂੰ ਫੌਜ ਭਰਤੀ ਦਫ਼ਤਰ ਦੇ ਵਿੱਚ ਪਹੁੰਚਣ ਦੀ ਬੇਨਤੀ ਵੀ ਕੀਤੀ ਲੋਹਾਸਕ ਦੇ ਵਿੱਚ ਇੱਕ ਹੋਰ ਵਖਵਾਦੀ ਨੇਤਾ ਲਿਓਨੇਦ ਨੇ ਵੀ ਅចਿਹਾ ਐਲਾਨ ਕੀਤਾ ਪੁਸ਼ਲਿੰ ਨੇ ਯੂਕਰੇਨ ਦੀ ਫੌਜ ਤੋਂ ਹਮਲੇ ਦੇ ਚੱਲਦਿਆਂ ਨ ਖਰੀਦਾ ਖਵਾਲਾ ਦਿੱਤਾ ਹਾਲਾਂਕਿ ਯੂਕਰੇਨ ਦੇ ਅਧਿਕਾਰੀਆਂ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਰੂਸ ਨੇ ਸ਼ਨੀਵਾਰ ਨੂੰ ਕਿਹਾ ਕਿ ਪੂਰਵੀ ਯੂਕਰੇਨ ਦੀ ਸਰਕਾਰ ਦੇ ਕਬਜ਼ੇ ਵਾਲੇ ਹਿੱਸੇ ਤੋਂ ਦਾਗੇ ਗਏ ਦੋ ਗੋਲੇ ਸਰਹੱਦ ਪਾਰ ਡਿਗੇ ਯੂਕਰੇਨ ਦੇ ਵਿਦੇਸ਼ ਮੰਤਰੀ ਦਰਮਿਟੋਕੂਲੇਬਾ ਦਾਅਵੇ ਨੇ ਇਸ ਨੂੰ ਇੱਕ ਫਰਜ਼ੀ ਬਿਆਨ ਦੱਸਦਿਆਂ ਖਾਰਜ ਕਰ ਦਿੱਤਾ ਸੀ ਅਜੇ ਹੁਮਾਣ ਹੈ ਕਿ ਰੂਸ ਨੇ ਯੂਕਰੇਨ ਦੇ ਨਾਲ ਲੱਗਦੀ ਸੀਮਾ 1.5 ਲੱਖ ਤੋਂ ਵੱਧ ਸੈਨਿਕਾਂ ਨੂੰ ਤਾਇਨਾਤ ਕੀਤਾ ਹੈ ਯੂਕਰੇਨ ਦੀ ਸੈਨਾ ਨੇ ਕਿਹਾ ਕਿ ਦੋਨੇਸਤ ਖੇਤਰ ਦੀ ਸਰਕਾਰ ਦੇ ਕਬਜ਼ੇ ਵਾਲੇ ਹਿੱਸੇ ਦੇ ਵਿੱਚ ਸ਼ਨੀਵਾਰ ਨੂੰ ਗੋਲਾਬਾਰੀ ਦੇ ਵਿੱਚ ਇੱਕ ਸੈਨਿਕ ਦੀ ਮੌਤ ਹੋ ਗਈ ਅਤੇ ਵਖਵਾਦੀ ਵਾਲ ਜਵਾਬੀ ਕਾਰਵਾਈ ਦੀ ਕੋਸ਼ਿਸ਼ ਦੇ ਵਿੱਚ ਰਹਾਇਸ਼ੀ ਖੇਤਰਾਂ ਦੇ ਵਿੱਚ ਤੋਪਖਾਨੇ ਨੇ ਗਾਰਨੀ ਦੁਨਯਸਤ ਅਤੇ ਲੁਹਾਨਸਕ ਦੇ ਵਿੱਚ ਵੱਖਵਾਦੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਔਰਤਾ ਬੱਚਿਆਂ ਤੇ ਬਜ਼ੁਰਗਾਂ ਨੂੰ ਗਵਾਂਡੀ ਰੂਸ ਭੇਜਣ ਦੀ ਕੋਸ਼ਿਸ਼ ਨ ਕੀਤੀ ਸੀ ਇਹਨਾਂ ਕੋਸ਼ਿਸ਼ਾਂ ਦੇ ਤੁਰੰਤ ਬਾਅਦ ਵਿੱਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਵਿੱਚ ਕਈ ਤਮਾਕੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਸੀ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਰੂਸੀ ਰਾਸ਼ਟਰਪਤੀ ਵਲਾਮੀਰ ਪੁਤਿਨ ਨੇ ਯੂਕਰੇਨ ਅਤੇ ਉਸ ਦੀ ਰਾਜਧਾਨੀ ਕੀਵ ਤੇ ਹਮਲਾ ਕਰਨ ਦਾ ਫੈਸਲਾ ਲਿਆ ਇਸ ਵਿੱਚਕਾਰ ਰੂਸ ਤੇ ਸ਼ਨੀਵਾਰ ਨੂੰ ਵੱਡੇ ਪੱਧਰ ਤੇ ਪ੍ਰਮਾਣੂ ਅਭਿਆਸ ਕੀਤੇ ਪੁਤਿਨ ਨੇ ਪੱਛਮੀ ਦੇਸ਼ਾਂ ਤੋਂ ਖਤਰੇ ਦੇ ਮੱਦੇਨਜ਼ਰ ਰੂਸ ਦੇ ਰਾਸ਼ਟਰੀ ਹਿੱਤਾਂ ਦੀ ਕਲਪਲਿਆ ਬਾਈਡਨ ਨੇ ਫਿਰ ਤੋਂ ਚੇਤਾਵਨੀ ਦਿੱਤੀ ਸੀ ਕਿ ਯੂਕਰੇਨ ਤੇ ਹਮਲਾ ਕਰਨ ਦੀ ਸਥਿਤੀ ਦੇ ਵਿੱਚ ਰੂਸ ਦੇ ਖਿਲਾਫ ਸਖਤ ਆਰਥਿਕ ਅਤੇ ਡਿਪਲੋਮੈਟਿਕ پابੰਦੀਆਂ ਲਗਾਈਆਂ ਜਾਣਗੀਆਂ ਇੱਕ ਅਮਰੀਕੀ ਰੱਖਿਆ ਅਧਿਕਾਰੀ ਨੇ ਵੀ ਕਿਹਾ ਸੀ ਕਿ ਯੂਕਰੇਨ ਸਿਮਾ ਨੇੜੇ ਤਾਇਨਾਤ ਸੁਰੱਖਿਆ ਬਲਾ ਤੇ ਅਨੁਮਾਨਤ ਤੌਰ ਤੇ 40 ਤੋਂ 50% ਜਵਾਨ ਸਰਹੱਦ ਨੇੜੇ ਹਮਲੇ ਦੀ ਸਥਿਤੀ ਦੇ ਵਿੱਚ ਨੇ ਉਦਰ ਕੀਵ ਯੂਕਰੇਨ ਦੇ ਗ੍ਰਹਿ ਮੰਤਰੀ ਡੈਨਿਸ ਮੋਨਾਨਸਟਿਕੀ ਆਪਣੇ ਦੇਸ਼ ਦੇ ਸੰਸਦ ਮੈਂਬਰ ਅਤੇ ਵਿਦੇਸ਼ੀ ਪੱਤਰਕਾਰਾਂ ਦੇ ਨਾਲ ਸ਼ਨੀਵਾਰ ਨੂੰ ਫਰੰਟਲਾਈਨ ਦੇ ਦੌਰੇ ਦੇ ਦੌਰਾਨ ਦੱਖਣੀ ਪੂਰਬੀ ਯੂਕਰੇਨ ਦੇ ਵਿੱਚ ਹਮਲੇ ਦੀ ਝਪੇਟ ਦੇ ਵਿੱਚ ਆ ਗਏ ਗ੍ਰਹਿ ਮੰਤਰੀ ਦੇ ਸਲਾਹਕਾਰ ਐਂਟੋਨੋ ਨੇ ਇਹ ਜਾਣਕਾਰੀ ਦਿੱਤੀ ਹੈ ਯੂਕਰੇਨੀ ਪਾਰਟੀ ਸਰਵੈਂਟ ਆਫ ਦਾ ਪੀਪਲ ਨੇ ਕਿਹਾ ਹੈ ਕਿ ਸ਼ਨੀਵਾਰ ਨੂੰ ਡੋਨਬਾਸ ਯਾਤਰਾ ਦੇ ਦੌਰਾਨ ਵੋਰ ਖੋਵਨਾ ਰਾੜਾ ਦੇ ਮੈਂਬਰ ਅਤੇ ਵਿਦੇਸ਼ੀ ਪੱਤਰਕਾਰ ਹਮਲੇ ਦੀ ਝਪੇਟ ਦੇ ਵਿੱਚ ਆ ਗਏ ਜਿਨ੍ਹਾਂ ਨੂੰ ਇੱਕ ਸੁਰੱਖਿਆਤਾ ਆਸਰਾ ਸਥਾਨ ਦੇ ਵਿੱਚ ਲਿਜਾਇਆ ਗਿਆ ਗੁਰਾਂਸ਼ ਸ਼ੈਕੋ ਨੇ ਫੇਸਬੁੱਕ ਪੋਸਟ ਦੇ ਵਿੱਚ ਲਿਖਿਆ ਹੈ ਕਿ ਗ੍ਰਹਿ ਮੰ ਨੇ ਸਮੂਹਾਨ ਸਟਿੱਕਰੀ ਯੂਕਰੇਨ ਤੇ ਸੰਸਦ ਮੈਂਬਰਾਂ ਦਾ ਇੱਕ ਸਮੂਹ ਅਤੇ ਨਾਲ ਹੀ ਨਾਲ 25 ਵਿਦੇਸ਼ੀ ਪੱਤਰਕਾਰ ਟੀਮੀ ਬ੍ਰਿਗੇਡ ਦੀ ਮੋਰਚਾ ਬੰਦੀ ਦੇ ਮੋਟਾਰ ਹਮਲੇ ਦੀ ਛਪੇੜ ਦੇ ਵਿੱਚ ਆ ਗਏ ਉਹਨਾਂ ਨੇ ਕਿਹਾ ਕਿ ਸੀਐਨਐਨ ਫਾਸਟ ਨਿਊਜ਼ ਵਾਸ਼ਿੰਗਟਨ ਪੋਸ ਅਤੇ ਨਿਊਯਾਰਕ ਟਾਈਮਸ ਵੌਇਸ ਆਫ ਅਮਰੀਕਾ ਦਾ ਪੱਤਰਕਾਰ ਖੁਦ ਦੇਖ ਸਕਦਾ ਹੈ ਕਿ ਅਸਲ ਦੇ ਵਿੱਚ ਸ਼ਾਂਤੀਪੂਰਨ ਯੂਕਰੇਨ ਦੇ ਹਮਲੇ ਦੀ ਤਿਆਰੀ ਕੌਣ ਕਰ ਰਿਹਾ ਹੈ ਡੋਨਾਸਟਰ ਤੇ ਲੁਹਾਨਸਕ ਅਤੇ ਇਸਦੇ ਸਵੈਕੋਸ਼ਿਤ ਪੁਲਿਸ ਰਿਪਬਲਿਕ ਦਿਨ ਨਾਲ ਮਿੰਸਕ ਸ਼ਾਂਤੀ ਸਮਝੌਤੇ ਦੀ ਉਲੰਘਣਾ ਦੇ ਵਿੱਚ ਯੂਕਰੇਨੀ ਬਲਾਂ ਦੇ ਦੁਆਰਾ ਡੋਨਬਾਸ ਬਸਤੀਆਂ ਦੀ ਲਗਾਤਾਰ ਗੋਲੀਬਾਰ ਦੇ ਰਿਪੋਰਟਿੰਗ ਦੇ ਨਾਲ ਡੋਨਬਾਸ ਦੇ ਵਿੱਚ ਸੰਪਰਕ ਲਾਈਨ ਤੇ ਇਸ ਸਥਿਤੀ ਨੂੰ ਬਤਾਇਆ ਗਿਆ ਸ਼ੁੱਕਰਵਾਰ ਨੂੰ ਡੀਆਰ ਅਤੇ ਐਲਪੀਆਰ ਨੇ ਯੂਕਰੇਨੀ ਬਲਾਂ ਦੇ ਹਮਲੇ ਦੇ ਖੱੱਚੇ ਦੇ ਵਿਚਕਾਰ ਆਪਣੇ ਨਾਗਰਿਕਾਂ ਨੂੰ ਰੂਸ ਦੇ ਰੋਸਟੋਵ ਖੇਤਰ ਦੇ ਵਿੱਚ ਕੱਢੇ ਜਾਣ ਦੀ ਘੋਸ਼ਣਾ ਕੀਤੀ ਹੈ ਉਧਰ ਅਮਰੀਕਾ ਦੇ 8 ਫੌਜੀ ਆਧਾਰਿਆਂ ਦੇ ਵਿੱਚ ਮੁੜ ਵਸੇਬੇ ਦੀ ਉਡੀਕ ਕਰ ਰਹੇ ਹਜ਼ਾਰਾਂ afghan ਸ਼ਰਨਾਰਥੀਆਂ ਦਾ ਆਖਰੀ ਸਮੂਹ ਸ਼ਨੀਵਾਰ ਨੂੰ ਨਿਊ ਜਰਸੀ ਦੇ ਇੱਕ ਫੌਜੀ ਆਧਾਰੇ ਤੋਂ ਰਵਾਨਾ ਹੋ ਗਿਆ ਤੇ ਇਸ ਦੇ ਨਾਲ ਹੀ ਨਾਂ ਅਗਸਤ ਦੇ ਵਿੱਚ ਕਾਬਲ ਤੋਂ ਲੋਕਾਂ ਨੂੰ ਕੱਢਣ ਦੇ ਨਾਲ ਸ਼ੁਰੂ ਹੋਇਆ ਸਫ਼ਰ ਵੀ ਖਤਮ ਹੋ ਗਿਆ ਹੈ ਸ਼ਰਨਾਰਥੀ ਪੁਨਰਵਾਸ ਸੰਗਠਨਾ ਦੇ ਮਦਦ ਨਾਲ afghan ਲੋਕਾਂ ਨੇ ਹਾਲ ਹੀ ਦੇ ਵਿੱਚ ਦੇ ਮਹੀਨਿਆਂ ਦੇ ਵਿੱਚ ਹੌਲੀ-ਹੌਲੀ ਫੌਜੀ ਠਿਕਾਣਿਆਂ ਤੋਂ ਜਾਣਾ ਸ਼ੁਰੂ ਕਰ ਦਿੱਤਾ ਅਤੇ ਉਹ ਅਮਰੀਕਾ ਦੇ ਵਿੱਚ ਨਵੇਂ ਜੀਵਨ ਦੀ ਸ਼ੁਰੂਆਤ ਕਰ ਰਹੇ ਨੇ ਕਾਬਲ ਤੇ ਤਾਲੀਬਾਨ ਦੇ ਕਬਜ਼ੇ ਤੋਂ ਬਾਅਦ afghan ਨਾਗਰਿਕਾਂ ਨੇ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ ਅਮਰੀਕ ਐਲੀਅਨਜ਼ ਵੈਲਕਮ ਦੇ ਤੌਰ ਤੇ 76000 afghan ਲੋਕਾਂ ਨੂੰ ਸਵੀਕਾਰ ਕੀਤਾ ਜੋ ਕਿ ਦਹਾਕੇ ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਰਨਾਰਥੀਆਂ ਦਾ ਪੁਨਰਵਾਸ ਹੈ ਇਸ ਦੇ ਵਿੱਚ ਹਿੱਸਾ ਲੈ ਰਹੇ ਨੌ ਰਾਸ਼ਟਰੀ ਪੁਨਰਵਾਸ ਸੰਗਠਨਾਂ ਦੇ ਵਿੱਚੋਂ ਇੱਕ ਲੂ थ्रन इमिग्रेशन ਅਤੇ ਸ਼ਰਨਾਰਥੀ ਸਰਵਿਸ ਦੇ ਸੀਈਓ ਅਤੇ ਪ੍ਰਧਾਨ ਕ੍ਰਿਸ਼ ਸ਼ੋਮਾਰਾ ਵਿਗਨਾ ਰਾਜ ਨੇ ਕਿਹਾ ਕਿ ਆਪਰੇਸ਼ਨ ਐਲੀਜ਼ ਵੈਲਕਮ ਦੇ ਵਿੱਚ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਪਰ ਮੈਂ ਕਹਿਣਾ ਚਾਹੁੰਦਾ ਕਿ ਇਹ ਮੁਹਿੰਮ ਅਜੇ ਖਤਮ ਨਹੀਂ ਹੋਈ ਉਹਨਾਂ ਨੇ ਅੱਗੇ ਵੀ ਕਿਹਾ ਕਿ ਅਫਗਾਨ ਲੋਕਾਂ ਨੂੰ ਅਜੇ ਵੀ ਆਪਣੇ ਦੇਸ਼ ਦੇ ਵਿੱਚ ਤਾਲੀਬਾਨ ਦੇ ਸ਼ਾਸਨ ਦੇ ਵਿੱਚ ਖਤਰਾ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਾਲ ਹੀ ਨਾਲ ਜੋ ਲੋਕ ਅਮਰੀਕਾ ਦੇ ਵਿੱਚ ਆਏ ਨੇ ਉਹਨਾਂ ਨੂੰ ਅਜੇ ਵੀ ਮਦਦ ਦੀ ਲੋੜ ਹੋਵੇਗੀ ਅੰਦਰੂਨੀ ਸੁਰੱਖਿਆ ਵਿਭਾਗ ਨੇ ਕਿਹਾ ਕਿ ਅਮਰੀਕਾ ਦੇ ਅਗਲੇ ਸਾਲ ਤੱਕ ਹਜ਼ਾਰਾਂ ਅਫਗਾਨ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦੀ ਯੋਜਨਾ ਹੈ ਪਰ ਉਹ ਛੋਟੇ ਸਮੂਹਾਂ ਦੇ ਨੂੰ ਇੱਕ ਸਥਾਨ ਤੇ ਠਹਿਰਾਇਆ ਜਾਵੇਗਾ ਜੋ ਹਜੇ ਤੈ ਨਹੀਂ ਕੀਤਾ ਗਿਆ ਉਧਰ ਕੈਨੇਡਾ ਦੇ ਵਿੱਚ ਸੰਸਦ ਦੇ ਆਲੇ ਦੁਆਲੇ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ। ਟਾਵਾ ਦੇ ਵਿੱਚ ਜੁੜੇ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਕਰਮੀਆਂ ਨੇ ਖਦੇੜ ਦਿੱਤਾ ਅਤੇ ਟਰੱਕਾਂ ਦੇ ਲਗਾਤਾਰ ਵੱਜ ਰਹੇ ਹਾਰਨ ਹੁਣ ਸ਼ਾਂਤ ਹੋ ਚੁੱਕੇ ਨੇ। ਇਸ ਵਿਰੋਧ ਪ੍ਰਦਰਸ਼ਨ ਦੇ ਕਾਰਨ ਅਮਰੀਕਾ ਕੈਨੇਡਾ ਸਰਹੱਦ ਦੀਆਂ ਕੁਝ ਚੌਂਕਿਆਂ ਦੇ ਸਮੇਤ ਰਾਜਧਾਨੀ ਦੇ ਮੁੱਖ ਹਿੱਸਿਆਂ ਨੂੰ ਵੀ ਹਫ਼ਤਿਆਂ ਤੱਕ ਬੰਦ ਕਰਨਾ ਪਿਆ ਸੀ। ਪਹਿਲਾਂ ਇਹ ਵਿਰੋਧ ਪ੍ਰਦਰਸ਼ਨ ਸਰਹੱਦ ਪਾਰ ਦੇ ਟਰੱਕ ਚਾਲਕਾਂ ਦੇ ਲਈ ਜ਼ਰੂਰੀ ਟੀਕਾ ਕਰਮ ਦੇ ਹੁਕਮ ਦੇ ਖਿਲਾਫ ਸੀ ਪਰ ਬਾਅਦ ਦੇ ਵਿੱਚ ਕੋਵਿਡ ਪਾਬੰਦੀਆਂ ਅਤੇ ਪ੍ਰਧਾਨ ਮੰਤਰੀ ਜਸਟਿਸ ਦੇ ਵਿਰੋਧ ਇਹ ਸੜਕਾਂ ਤੇ ਪੁਲਿਸ ਦੇ ਕੰਟਰੋਲ ਤੋਂ ਬਾਅਦ ਹੈਮਿਲਟਨ ਦੇ ਵਿੱਚ অন্ਟਾਰੀਓ ਦੇ 33 ਸਾਲਾ ਇੱਕ ਪ੍ਰਦਰਸ਼ਨਕਾਰੀ ਮਾਰਕ ਸ਼ੂਟਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਕੁਝ ਸ਼ੁਰੂ ਕੀਤਾ ਹੈ। ਉਹਨਾਂ ਦਾ ਮੰਨਣਾ ਹੈ ਕਿ ਵਿਰੋਧ ਪ੍ਰਦਰਸ਼ਨ ਦੇਸ਼ ਨੂੰ ਵੰਡੇਗਾ। ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਵੰਡ ਦਾ ਕਾਰਨ ਬਣਨ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਅੰਤ ਹੈ। ਇਸ ਦੌਰਾਨ ਜ਼ਿਆਦਾਤਰ ਵਿਸ਼ਲੇਸ਼ਕਾਂ ਨੂੰ ਸ਼ੱਕ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਕੈਨੇਡਾ ਦੀ ਰਾਜਨੀਤੀ ਤੇ ਕੋਈ ਇਤਿਹਾਸਕ ਅਸਰ ਵੀ ਛੱਡੇਗਾ। ਪਾਰਿਸ ਨੇ ਕੈਨੇਡਾ ਦੀਆਂ ਦੋ ਵੱਡੀਆਂ ਪਾਰਟੀਆਂ ਨੂੰ ਝਟਕਾ ਦਿੱਤਾ। ਪਰਦਰਸ਼ਨਕਾਰੀਆਂ ਦੇ ਅੰਤਿਮ ਵੱਡੇ ਕੇਂਦਰ ਓਟਾਵਾ ਦੇ ਵਿੱਚ ਸ਼ਨੀਵਾਰ ਸ਼ਾਮ ਤੱਕ ਵਿਰੋਧ ਖਤਮ ਹੁੰਦਿਆ ਦੇਖਿਆ ਪਰ ਕੁਝ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਫਿਰ ਤੋਂ ਸੂ ਮੂੰ ਬਣਾਉਣ ਨਾ ਛੁੱਟੇ ਨੇ ਉਧਰ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਵਿੱਚ ਸ਼ਨੀਵਾਰ ਨੂੰ ਸੈਂਕੜੇ ਪੁਲਿਸ ਕਰਮੀਆਂ ਨੇ ਸੰਸਦ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਇਸ ਦੇ ਨਾਲ ਹੀ 3 ਹਫ਼ਤੇ ਤੱਕ ਚੱਲਿਆ ਪ੍ਰਦਰਸ਼ਨ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ। ਦੇਸ਼ ਦੀ ਕੋਵਿਡ-19 ਸੰਬੰਧੀ پابੰਦੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਨੀਤੀਆਂ ਦੇ ਨਾਲ ਗੁੱਸੇ ਦੇ ਵਿੱਚ ਆਏ ਪ੍ਰਦਰਸ਼ਨਕਾਰੀ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਪੁਲਿਸ ਸੱਭਿਆਨ ਦੇ ਕਾਰਨ ਪਿੱਛੇ हट ਗਏ। ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ ਅਤੇ ਉਹਨਾਂ ਦੇ ਟਰੱਕਾਂ ਨੂੰ ਹਟਾ ਰਹੀ ਹੈ। ਓਟਾਵਾ ਦੇ ਵਿੱਚ ਅੰਤਰਿਮ ਪੁਲਿਸ ਮੁਖੀ ਸਟੀਵ ਬੇਲ ਨੇ ਕਿਹਾ ਕਿ ਕੁਝ ਅਸੀਂ ਪੂਰੀ ਤਰ੍ਹਾਂ ਖਤਮ ਹੋਣ ਤੱਕ ਆਪਣਾ ਅਭਿਆਨ ਜਾਰੀ ਰੱਖਾਂਗੇ ਕੁਝ ਪ੍ਰਦਰਸ਼ਨਕਾਰੀਆਂ ਨੇ ਉਟਾਵਾ ਦੀਆਂ ਗਲੀਆਂ ਦੇ ਵਿੱਚ ਹੀ ਰਹਿਣ ਦਾ ਸੱਦਾ ਦਿੱਤਾ ਜਦਕਿ ਪ੍ਰਦਰਸ਼ਨ ਦੇ ਇੱਕ ਪ੍ਰਮੁੱਖ ਆਯੋਜਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਪ੍ਰਦਰਸ਼ਨ ਵਾਪਸ ਲੈਣ ਦਾ ਫੈਸਲਾ ਲਿਆ ਬੇਲ ਨੇ ਦੱਸਿਆ ਕਿ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ 170 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹਥਿਆਰ ਬਰਾਮਦ ਹੋਣ ਕਾਰਨ ਜਾਂਚ ਸ਼ੁਰੂ ਕਰ ਦਿੱਤੀ ਗਈ ਸ਼ਨੀਵਾਰ ਦੁਪਹਿਰ ਤੱਕ ਪ੍ਰਦਰਸ਼ਨਕਾਰੀ ਪਾਰਲੀਮੈਂਟ ਹਿੱਲ ਦੇ ਸਾਹਮਣੇ ਦੀ ਸੜਕ ਤੇ ਚਲੇ ਗਏ ਸਨ ਇੱਥੇ ਕਈ ਸਰਕਾਰੀ ਦਫ਼ਤਰ ਸਥਿਤ ਹਨ ਜਿਨ੍ਹਾਂ ਦੇ ਵਿੱਚ ਸੰਸਦਿਆ ਇਮਾਰਤਾਂ ਵੀ ਸ਼ਾਮਲ ਨੇ ਕੈਨੇਡੀਅ ਨਰੇ ਪ੍ਰਦਰਸ਼ਨਕਾਰੀਆਂ ਦੇ ਨਾਲ ਜੁੜੇ 76 ਬੈਂਕ ਖਾਤਿਆਂ ਨੂੰ ਜ਼ਬਤ ਕਰਨ ਦੀ ਲਈ ਐਮਰਜੈਂਸੀ ਸ਼ਕਤੀਆਂ ਦਾ ਇਸਤੇਮਾਲ ਕੀਤਾ ਸ਼ਨੀਵਾਰ ਨੂੰ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਆਉਂਟੋ ਰੋਕਣ ਦੇ ਲਈ ਕਯੂਬਿਕ ਦੇ ਨਾਲ ਤੇਜਦੀ ਰਾਜਸਥਾਨੇ ਨੂੰ ਜੋੜਨ ਵਾਲੇ ਇੱਕ ਪੁਲ ਨੂੰ ਵੀ ਬੰਦ ਕਰ ਦਿੱਤਾ ਉਧਰ ਕੈਨੇਡਾ ਦੇ ਫ੍ਰੈਂਚ ਬਹੁ ਗਿਣਤੀ ਵਾਲੇ ਪ੍ਰੋਵਿੰਸ ਕਿਊਬਿਕ ਦੇ ਵਿੱਚ ਹੁਣ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਰਿਫਿਊਜੀ ਜਾਂ ਫਿਰ ਹੋਰ ਸ਼ਰਨਾਰਥੀਆਂ ਨੂੰ ਕਿਊਬਿਕ ਆਉਂਟੇ 6 ਮਹੀਨੇ ਦੇ ਅੰਦਰ ਫ੍ਰੈਂਚ ਭਾਸ਼ਾ ਸਿੱਖਣੀ ਪਵੇਗੀ ਕਿਊਬਿਕ ਦੇ ਵਿਵਾਦਿਤ ਬਿਲ 96 ਦੇ ਵਿੱਚ ਲੋੜਿੰਦੇ ਅਮੈਂਡਮੈਂਟਸ ਲੈਜਿਸਲੇਟਿਵ ਕਮੇਟੀ ਦੇ ਵੱਲੋਂ ਮਨਜ਼ੂਰ ਕਰ ਦਿੱਤੇ ਗਏ ਨੇ ਇਸ ਬਿਲ ਦੇ ਜਲਦ ਹੀ ਕਾਨੂੰਨ ਬਣਨ ਦੇ ਆਸਾਰ ਹਨ ਕਾਨੂੰਨੀ ਤੌਰ ਤੇ ਇਹ ਬਿਲ ਲਾਗੂ ਹੋਣ ਤੋਂ ਬਾਅਦ ਹਰ ਨਵੇਂ ਇਮੀਗ੍ਰੈਂਟਸ ਅਤੇ ਰਿਫਿਊਜੀ ਦੇ ਨਾਲ 6 ਮਹੀਨੇ ਤੋਂ ਬਾਅਦ ਸਰਕਾਰੀ ਪੱਧਰ ਤੇ ਸਿਰਫ ਫ੍ਰੈਂਚ ਦੇ ਵਿੱਚ ਹੀ ਗੱਲਬਾਤ ਕੀਤੀ ਜਾਵੇਗੀ ਇਸ ਬਿਲ ਦੇ ਵਿਰੋਧੀ ਰਾਦੇਵਲੋ ਸਖਤ ਆਲੋਚਨਾ ਵੀ ਕੀਤੀ ਜਾ ਰਹੀ ਹੈ ਇਸ ਬਿਲ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹੋ ਜੇ ਕਦਮਾਂ ਦੇ ਨਾਲ ਕਿਊਬਿਕ ਦੇ ਵਿੱਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਦਾ ਲਗਾਫ ਘਟੇਗਾ ਅਤੇ ਹੋਰਨਾ ਪ੍ਰੋਵਿੰਸਾਂ ਦੇ ਵੱਲ ਰੁੱਖ ਕਰਨ ਦੇ ਲਈ ਉਹ ਮਜਬੂਰ ਹੋਣਗੇ ਉਧਰ ਪੰਜਾਬ ਦੇ ਵਿੱਚ ਚੋਣਾ ਖਤਮ ਹੋਣ ਤੋਂ ਬਾਅਦ ਵੱਖ-ਵੱਖ ਪਾਰਟੀਆਂ ਜਿੱਤ ਦੇ ਦਾਅਵੇ ਕਰ ਰਹੀਆਂ ਨੇ ਇਸ ਦੇ ਵਿਚਕਾਰ ਆਮ ਆਦਮੀ ਪਾਰਟੀ ਦੇ ਪੰਜਾਬ ਸੈ ਇੰਚਾਰਜ ਰਾਘਵ ਝੱਟਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਚਾਹੀ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਰਾਘਵ ਝੱਟਾ ਨੇ ਕਿਹਾ ਕਿ ਜੇ ਅਸੀਂ ਪੰਜਾਬ ਦੇ ਵਿੱਚ ਜਿੱਤੇ ਤਾਂ ਮੇਰੀ ਨਜ਼ਰੀਆ ਦੇ ਵਿੱਚ ਆਪ ਰਾਸ਼ਟਰੀ ਪੱਧਰ ਤੇ ਪਾਜਵਾਰ ਨੂੰ ਟੱਕਰ ਦੇ ਸਕੇਗੀ ਸੁਭਿਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਵਾਰ 1304 ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਨੇ ਇਹਨਾਂ ਦੇ ਵਿੱਚੋਂ 93 ਮਹਿਲਾ ਉਮੀਦਵਾਰ ਨੇ ਇਸ ਵਾਰ ਕਈ ਦਿਗਜ ਦੀ ਕਿਸਮਤ ਹੋਇਆ ਮੁੱਖ ਮੰਤਰੀ ਚੰਚੇ ਸਿੰਘ ਚੰਨੀ ਕਾਂਗਰਸ ਦੇ ਮੁੱਖ ਮੰਤਰੀ ਚਿਹਰਾ ਹਨ ਉਹ ਦੋ ਸੀਟਾਂ ਤੋਂ ਝੋੜ ਲੜ ਰਹੇ ਨੇ ਪੰਜਾਬ ਕਾਂਗਰਸ ਮੁਖੀ ਨਵਜੋਤ ਸਿੰਘ ਦਾ ਸਾਹਮਣਾ ਅਮਰਸਰ ਪੂਰਬੀ ਦੇ ਸ਼ਰਮ ਨੇ ਅਕਾਲੀ ਦਲ ਦੇ ਵਿਕਰਮ ਸਿੰਘ ਮਚੀਠਿਆ ਆਪ ਦੇ ਜਵਨ ਜੋਤ ਕੌਰ ਤੇ ਭਾਜਪਾ ਦੇ ਜਗਮੋਹਨ ਸਿੰਘ ਰਾਜੂ ਦੇ ਨਾਲ ਹੋ ਰਿਹਾ ਜਦ ਕਿ ਸੰਗਰੂਰ ਤੋਂ ਆਪ ਦੇ ਸੰਸਦ ਦੇ ਮੈਂਬਰ ਦਾ ਸੀਐਮ ਚਿਹਰਾ ਭਗਵੰਤ ਮਾਨ ਧੂਰੀ ਸੀਟ ਤੋਂ ਝੋੜ ਲੜ ਰਹੇ ਨੇ ਸਵੇਰੇ ਦੇ ਵਿੱਚ 68% ਤੱਕ ਮਤਦਾਨ ਹੋਇਆ ਜ਼ਿਲ੍ਹਾ ਲੁਧਿਆਣਾ ਦੇ ਵਿੱਚ 58.22% ਦੀ ਕਪੂਤਲਾ ਦੇ ਵਿੱਚ 12.46% ਦੀ ਨਵਾਂ ਸ਼ਹਿਰ ਦੇ ਵਿੱਚ 14.03% ਦੀ ਦੇ ਵਿੱਚੋਂ 98.7% ਦੀ ਸੰਗਰੂਰ ਦੇ ਵਿੱਚ 70.4% ਤੇ ਮਾਨਸਾ ਦੇ ਵਿੱਚ ਸਭ ਤੋਂ ਵੱਧ VOTING 77.4% ਦੀ ਦਰਜ ਕੀਤੀ ਗਈ ਹੈ ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਹਰਿਆਣਾ ਸਰਕਾਰ ਰਾਮ ਰਹੀਮ ਦੀ ਫਰਲੋ ਨੂੰ ਲੈ ਕੇ ਦਲ ਤੇ ਯਾ ਸਹੀ ਦਲੀਲਾਂ ਪੇਸ਼ ਕਰੇਗੀ ਇਸ ਮਾਮਲੇ ਦੇ ਵਿੱਚ ਜਸਟਿਸ ਬੀ ਐਸ ਵਾਲੀਆ ਦੀ ਬੈਂਚ ਦੇ ਵਿੱਚ ਅੱਜ ਸਰਕਾਰ ਨੂੰ ਆਪਣਾ ਜਵਾਬ ਪੇਸ਼ ਕਰਨਾ ਪਵੇਗਾ 27 ਫਰਵਰੀ ਨੂੰ ਦਿੱਤੀ ਗਈ ਪਟੀਸ਼ਨ ਦੇ ਵਿੱਚ ਫਰਲੋ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੀ ਨਿਰਪਕਤਾ ਦੇ ਲਈ ਵੱਡਾ ਖਤਰਾ ਕਰਾਰ ਦਿੱਤਾ ਗਿਆ ਹਾਲਾਂਕਿ ਹੁਣ ਚੋਣਾਂ ਖਤਮ ਹੋ ਚੁੱਕੀਆਂ ਨੇ ਜੇਕਰ ਹੁਣ ਗੁਰਮੀਤ RAM ਰਹੀਮ ਦੀ ਫਰਲੋ ਰੱਦ ਹੋ ਜਾਂਦੀ ਹੈ ਤਾਂ ਕੋਈ ਸਿਆਸੀ ਫਰਕ ਨਹੀਂ ਪਵੇਗਾ ਡੇਰਾ ਦਾ ਹਰਿਆਣਾ ਸਮੇਤ ਪੰਜਾਬ ਰਾਜਸਥਾਨ ਤੇ ਯੂਪੀ ਵਰਗੇ ਰਾਜਾਂ ਦੇ ਵਿੱਚ ਕਾਫੀ ਪ੍ਰਭਾਵ ਹੈ ਡੇਰਾ ਮੁਖੀ 15 ਦਿਨਾਂ ਤੋਂ ਬਾਹਰ ਹਨ ਉਸ ਨੇ 27 ਫਰਵਰੀ ਨੂੰ ਆਤਮ ਸਮਰਪਣ ਕਰਨਾ ਹੈ ਡੇਰਾ ਮੁਖੀ ਨੋ ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤਰਕਾਨ ਪਤਰਕਾਰ ਰਾਮਚੰਦਰ ਛੱਤਰਪੱਟੀ ਕਤਲ ਕੇਸ ਵਿੱਚ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ 400 ਕਰੀਬ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ ਅਜੇ ਵੀ ਵਿਚਾਰधीन ਹੈ ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਮਾਮਲੇ ਦੀ ਪਿਛਲੀ ਸੁਣਵਾਈ ਤੇ ਸਰਕਾਰ ਨੂੰ ਫੱਲੋ ਦੇ ਨਾਲ ਸੰਬੰਧਿਤ ਰਿਕਾਰਡ ਪੇਸ਼ ਕਰਨ ਦੇ ਲਈ ਵੀ ਕਿਹਾ ਐਡਵੋਕੇਟ ਜਨਰਲ ਬੀ ਆਰ ਮਹਾਜਨ ਨੇ ਇਸ ਕੇਸ ਦੇ ਵਿੱਚ ਮੁੱਢਲੀ ਦਲੀਲਾਂ ਪੇਸ਼ ਕੀਤੀਆਂ ਨੇ ਇਸ ਦੇ ਵਿੱਚ ਡੇਰਾ ਮੁਖੀ ਨੂੰ ਦਿੱਤੀ ਗਈ ਫੱਲੋ ਨਿਯਮਾ ਤਹਿਤ ਦੱਸੀ ਗਈ ਸੀ ਕਿਹਾ ਗਿਆ ਹੈ ਕਿ ਰੋहतक ਡਿਵੀਜ਼ਨ ਦੇ ਕਮਿਸ਼ਨਰ ਨੇ ਪੁਲਿਸ ਰਿਪੋਰਟ ਤੇ ਚੰਗੇ ਚਣ ਵਾਲੇ ਕੈਦੀਆਂ ਦੇ ਨਿਯਮਾਂ ਦੇ ਅਧਾਰ ਤੇ ਰਾਮ ਰਹੀਮ ਨੂੰ ਕੁਝ ਸ਼ਰਤਾਂ ਦੇ ਲਈ ਫਰਲਾ ਦਿੱਤੀ ਗਈ ਹੈ। ਤੋਂ ਅੰਦਾਜ਼ਾ ਹੈ ਕਿ ਇਹ ਪਟੀਸ਼ਨ ਪੰਜਾਬ ਦੇ ਸਮਾਣਾ ਹਲਕੇ ਤੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਸੋਹਾਲੀ ਦੇ ਵੱਲੋਂ ਤਿਆਰ ਕੀਤੀ ਗਈ ਸੀ। ਉਹਨਾਂ ਨੇ ਕਿਹਾ ਸੀ ਕਿ ਡੇਰਾ ਮੁਖੀ ਨੂੰ ਫਰਲਾ ਜੇਹੇ ਸਮੇਂ ਦਿੱਤੀ ਗਈ ਹੈ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ। ਡੇਰੇ ਦੇ ਵੱਲੋਂ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਆਪਣਾ ਪ੍ਰਭਾਵ ਹੋਣ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ। ਡੇਰਾ ਮੁਖੀ ਦੀ ਰਿਹਾਈ ਦਾ ਪੰਜਾਬ ਵਿਧਾਨ ਸਭਾ ਚੋਣਾਂ ਤੇ ਅਸਰ ਪਵੇਗਾ। ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਜੇਹੇ ਕਾਨੂੰਨੀ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਰਾਹਤ ਨਹੀਂ ਦਿੱਤੀ ਜਾਣੀ ਚਾਹੀ ਕੀ ਗਈ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਫਰਲੋ ਦੇਨ ਦੇ ਫੈਸਲੇ ਨੂੰ ਰੱਦ ਕੀਤਾ ਜਾਵੇ ਇਸ ਫਰਲੋ ਨੂੰ ਆਰਡਰ ਨੂੰ ਗੈਰ ਕਾਨੂੰਨੀ ਅਤੇ ਬੇਲੋੜਾ ਦੱਸਿਆ ਜਾਵੇ ਉਹਨਾਂ ਨੂੰ ਸੁਨਾਰੀਆ ਜੇਲ੍ਹ ਭੇਜਣ ਦੀ ਮੰਗ ਕੀਤੀ ਗਈ ਹੈ ਉਧਰ ਪੰਜਾਬ ਦੇ ਵਿੱਚ 117 ਵਿਧਾਨ ਸਭਾ ਸੀਟਾਂ ਤੇ મતદાન ਖਤਮ ਹੋ ਗਿਆ ਹਾਲਾਂਕਿ ਚੋਣ ਕਮਿਸ਼ਨ ਸਾਰੇ ਬੂਥਾਂ ਤੋਂ ਆਖਰੀ VOTING ਦਾ ਅੰਕੜਾ ਮਿਲਣ ਤੋਂ ਬਾਅਦ ਹੀ ਫਾਈਨਲ ਡਾਟਾ ਜਾਰੀ ਕਰੇਗੀ ਪਰ ਰਾਤ 8 ਵਜੇ ਤੱਕ ਐਲਾਨੇ ਡਾਟਾ ਦੇ ਮੁਤਾਬਕ 18.30 ਫੀਸਦੀ મતદાન ਹੋਇਆ ਸਵੇਰੇ ਦੇ 5 ਜ਼ਿਲ੍ਹੇ ਅਜੇ ਹੀ ਰਹੇ ਜਿੱਥੇ VOTERਾਂ ਨੇ મતદાન ਦੇ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਇਹਨਾਂ ਦੇ ਵਿੱਚ મતદાન ਦਾ ਅੰਕੜਾ 65 ਫੀਸਦੀ ਹੀ ਛੂ ਸਕਿਆ ਸਵੇਰੇ ਦੇ ਵਿੱਚ 12 ਜ਼ਿਲ੍ਹੇ ਅਜੇ ਹੀ ਵੀ ਰਹੇ ਜਿੱਥੇ મતદાન 70 ਫੀਸਦੀ ਦੇ ਪਾਰ ਪਹੁੰਚ ਗਿਆ ਬਾਕੀ 6 ਜ਼ਿਲ੍ਹਿਆਂ ਦੇ ਵਿੱਚ 65 ਤੋਂ 70 ਫੀਸਦੀ ਪੋਲ ਪਰਸੈਂਟੇਜ ਦਾ ਕੀਤੀ ਗਈ ਹੈ ਸਭ ਤੋਂ ਵੱਧ 78.7 ਫੀਸ ਦੀ ਮਤਦਾਨ ਮਾਨਸਾ ਦੇ ਵਿੱਚ ਹੋਇਆ ਜਦਕਿ ਅਮਰitsar ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ 4.2 ਫੀਸ ਦੀ ਮਤਦਾਨ ਦਰਜ ਕੀਤਾ ਗਿਆ ਉਧਰ ਬ੍ਰਿਟੇਨ ਦੀ ਮਹਾਰਾਣੀ ਐ ਲੀਜ਼ਾਬੈਥ 2 ਕਰੋਨਾ ਦੀ ਚਪੇੜ ਦੇ ਵਿੱਚ ਆ ਗਈ ਹੈ ਹਾਲੇ ਦੇ ਵਿੱਚ ਬਰਮਿੰਗਮ ਪੈਲਸ ਨੇ ਇਸ ਗੱਲ ਦੀ ਜਾਣਕਾਰੀ ਦਿੱੰਦਿਆ ਕਿ ਹਾਂ ਕਿ 95 ਸਾਲਾ ਬ੍ਰਿਟੇਨ ਦੀ ਕਵੀਨ ਦੇ ਵਿੱਚ ਹਲਕੇ ਲੱਛਣ ਦਿਖਾਈ ਦਿੱਤੇ ਨੇ ਜਿਸ ਤੋਂ ਬਾਅਦ ਜਾਂਚ ਦੇ ਵਿੱਚ ਉਹਨਾਂ ਦਾ ਕੋਵਿਡ ਟੈਸਟ ਪੋਜ਼ਿਟਿਵ ਪਾਇਆ ਗਿਆ। ਇਸ ਦੀ ਜਾਣਕਾਰੀ ਮਿਲਣ ਦੇ ਨਾਲ ਹੀ ਪੀਐਮ ਮੋਦੀ ਨੇ ਐਤਵਾਰ ਨੂੰ ਆਪਣੀ ਇੱਕ ਟਵੀਟ ਦੇ ਰਾਹੀਂ ਮਹਾਰਾਣੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਮਹਾਰਾਣੀ ਐਲਿਜ਼ਾਬੈਥ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਅਤੇ ਉਹਨਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ। ਉੱਥੇ ਹੀ ਪੈਲੇਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮਹਾਰਾਣੀ ਦਾ ਫਿਲਹਾਲ ਇਲਾਜ ਚੱਲ ਰਿਹਾ ਅਤੇ ਉਹ ਅਗਲੇ ਕੁਝ ਦਿਨਾਂ ਤੱਕ ਵਿੰਸਰ ਕਿਸਲ ਦੇ ਵਿੱਚ ਵੀ ਰਹੇਗੀ। ਇਸ ਦੌਰਾਨ ਮਹਾਰਾਣੀ ਐਲਿਜ਼ਾਬੈਥ ਸਿਰਫ ਆਮ ਕੰਮਕ ਉਚਿਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੇਗੀ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਹਨਾਂ ਨੂੰ 10 ਦਿਨਾਂ ਦੇ ਲਈ ਆਈਸੋਲੇਸ਼ਨ ਦੇ ਵਿੱਚ ਰਹਿਣਾ ਪਵੇਗਾ ਦੱਸਿਆ ਵੀ ਜਾ ਰਿਹਾ ਹੈ ਕਿ ਮਹਾਰਾਣੀ ਲਿਜ਼ਾਬੈਥ 2 ਨੇ ਹਾਲ ਹੀ ਦੇ ਵਿੱਚ ਆਪਣੇ ਬੇਟੇ ਪ੍ਰਿੰਸ ਚਾਰਲਸ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਪ੍ਰਿੰਸ ਚਾਰਲਸ ਵੀ ਕਰੋਨਾ ਪੋਜ਼ਿਟਿਵ ਨੇ ਪ੍ਰਿੰਸ ਚਾਰਲਸ ਦੀ ਰਿਪੋਰਟ ਆਉਣ ਦੇ ਨਾਲ ਹੀ ਮਹਾਰਾਣੀ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਤਾਂ ਅੰਦਾਜ਼ਾ ਹੈ ਕਿ ਦੁਨੀਆ ਦੀ ਸਭ ਤੋਂ ਬਜ਼ੁਰਗ ਅਤੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਰਾਣੀ ਦੀ ਸਿਹਤ ਉਦੋਂ ਤੋਂ ਖਬਰਾਂ ਦੇ ਵਿੱਚ ਹੈ ਜਦੋਂ ਉਸਨੇ ਪਿਛਲੇ ਅਕਤੂਬਰ ਦੇ ਵਿੱਚ ਹਸਪਤਾਲ ਦੇ ਵਿੱਚ ਇੱਕ ਰਾਤ ਬਿ ਦੇ ਦੁਆਰਾ ਆਰਾਮ ਦੀ ਸਲਾਹ ਦਿੱਤੀ ਗਈ ਸੀ ਐਲਿਜ਼ਾਬੈਥ 2 ਨੇ 1952 ਦੇ ਵਿੱਚ ਗ੍ਰੇਟ ਬ੍ਰਿਟੇਨ ਦੀ ਰਾਜਗaddi ਸੰਭਾਲੀ ਸੀ 2002 ਦੇ ਵਿੱਚ ਉਸ ਦੇ ਬ੍ਰਿਟਿਸ਼ ਗੱਦੀ ਅਦਾ ਆਪਣੇ 50 ਸਾਲ ਪੂਰੇ ਹੋਣ ਦਾ ਜਸ਼ਨ ਵੀ ਮਨਾਇਆ ਸੀ ਉਧਰ ਕਰੋਨਾ ਸੰਕਟ ਅਜੇ ਖਤਮ ਨਹੀਂ ਹੋਇਆ ਤੇ ਦੁਨੀਆ ਇੱਕ ਹੋਰ ਮਹਾਮਾਰੀ ਦੇ ਖਤਰੇ ਦੇ ਵਿੱਚ ਆ ਗਈ ਹੈ ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਚੇਤਾਵਨੀ ਦਿੱਤੀ ਹੈ ਕਿ ਜਲਦੀ ਹੀ ਕਰੋਨਾ ਵਰਗੀ ਇੱਕ ਹੋਰ ਮਹਾਮਾਰੀ ਦੁਨੀਆ ਦੇ ਵਿੱਚ ਦਸਤਕ ਦੇਵੇਗੀ ਇਸ ਚੇਤਾਵਨੀ ਨੇ ਲੋਕਾਂ ਦਾ ਤਣਾਅ ਹੋਰ ਵੀ ਵਧਾ ਦਿੱਤਾ ਹੈ ਬਿਲ ਗੇਟਸ ਨੇ ਕਿਹਾ ਕਿ ਕੋਵਿਡ-19 ਤੋਂ ਗੰਭੀਰ ਰੂਪ ਦੇ ਨਾਲ ਬਿਮਾਰ ਹੋਣ ਦਾ ਖਤਰਾ ਨਾਟਕੀ ਟੰਗ ਦੇ ਨਾਲ ਕੱਟ ਗਿਆ ਹੈ ਅਜੇ ਆਈਸ ਦੇ ਲਈ ਵੀ ਹੋ ਰਿਹਾ ਹੈ ਕਿਉਂਕਿ ਲੋਕ ਇਸ ਵਾਇਰਸ ਦੇ ਖਿਲਾਫ ਇਮਿਊਨਿਟੀ ਵਿਕਸਿਤ ਕਰ ਰਹੇ ਨੇ ਸੀਐਨਬੀਸੀ ਨੇ ਇੱਕ ਇੰਟਰਵਿਊ ਦੇ ਵਿੱਚ ਬਿਲ ਗੇਟਸ ਨੇ ਕਿਹਾ ਹੈ ਕਿ ਭਵਿੱਖ ਦੇ ਵਿੱਚ ਹਾਲਾਂਕਿ ਉਹਨਾਂ ਨੇ ਉਮੀਦ ਜਤਾਈ ਹੈ ਕਿ ਮੈਡੀਕਲ ਟੈਕਨੋਲੋਜੀ ਦੇ ਵਿਕਾਸ ਦੇ ਵਿੱਚ ਮਦਦ ਦੇ ਨਾਲ ਦੁਨੀਆ ਇਸ ਦੇ ਨਾਲ ਬਿਹਤਰ ਤਰੀਕੇ ਦੇ ਨਾਲ ਨਜਿੱਠ ਸਕਦੀ ਹੈ। ਗੇਟਸ ਨੇ ਵੀ ਕਿਹਾ ਕਿ ਇਸ ਲਈ ਸਾਨੂੰ ਹੁਣ ਤੋਂ ਨਿਵੇਸ਼ ਕਰਨਾ ਹੋਵੇਗਾ। ਮਾਈਕਰੋਸਾਫਟ ਦੇ ਸੰਸਥਾਪਕ ਨੇ ਕਿਹਾ ਕਿ ਕਰੋਨਾ ਪਿਛਲੇ 2 ਸਾਲਾਂ ਤੋਂ ਸਾਡੇ ਵਿਚਕਾਰ ਹੈ ਅਤੇ ਇਸ ਦਾ ਬੁਰਾ ਪ੍ਰਭਾਵ ਹੁਣ ਘਟ ਰਿਹਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਗਲੋਬਲ ਆਬਾਦੀ ਦੇ ਵਿੱਚ ਕੁਝ ਪਦਰ ਦੀ ਪ੍ਰਤੀਰੋਧਕ ਸ਼ਕਤੀ ਪੈਦਾ ਹੋ ਗਈ ਹੈ। ਗੇਟਸ ਨੇ ਵੀ ਕਿਹਾ ਕਿ ਜਦੋਂ ਵਾਇਰਸ ਫੈਲਦਾ ਹੈ ਤਾਂ ਇਹ ਆਪਣੀ ਇਮਿਊਨਿਟੀ ਪੈਦਾ ਕਰਦਾ ਹੈ। ਵਿਸ਼ਾ ਪਾਈਚਾਰੀ ਨੂੰ ਮਹਾਮਾਰੀ ਤੋਂ ਬਾਹਰ ਕੱਢਣ ਬਤ ਹੋ ਰਹੀ ਹੈ ਉਧਰ ਪੰਜਾਬ ਦੇ ਸਾਡਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਵੱਲੋਂ ਸੂਬੇ ਦੇ ਵਿੱਚ ਕਰਾਏ ਗਏ ਵਿਕਾਸ ਕੰਮਾਂ ਦਾ ਕ੍ਰੈਡਿਟ ਨਵੇਂ ਮੁੱਖ ਮੰਤਰੀ ਚਰਜ ਸਿੰਘ ਚੰਨੀ ਨੂੰ ਦੇਣ ਦੀ ਲਈ ਕਾਂਗਰਸ ਪਾਰਟੀ ਦੀਆਂ ਲੋਚਨਾ ਕੀਤੀ ਅਮਰਿੰਦਰ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਛੱਡ ਕੇ ਆਪਣਾ ਦਲ ਪੰਜਾਬ ਲੋਕ ਕਾਂਗਰਸ ਬਣਾ ਲਿਆ ਤੇ ਭਾਜਪਾ ਦੇ ਨਾਲ ਗੱਠ ਜੋੜ ਕਰਕੇ ਚੋਣ ਲੜ ਰਹੇ ਨੇ ਉਹਨਾਂ ਨੇ ਕਿਹਾ ਕਿ ਚੰਨੀ ਕੋਈ ਜਾਦੂਗਰ ਨਹੀਂ ਹੈ ਜਿਵੇਂ ਕਿ ਉਹ ਬਨਨ ਦੀ ਝੂਠੀ ਕੋਸ਼ਿਸ਼ ਕਰ ਰਹੇ ਨੇ ਉਹ 3 ਮਹੀਨੇ ਦੇ ਅੰਦਰ ਆਪਣੇ ਵੱਲੋਂ ਕੀਤੇ ਗਏ ਜਿਹੜੇ ਚਮਤਕਾਰ ਆਦਿ ਗੱਲ ਕਰਦੇ ਰਹੇ ਨੇ ਅਸਰਸਲ ਉਹ ਪੰਜਾਬ ਦੇ ਮੁ ਚਰਜੀਤ ਸਿੰਘ ਚੰਨੀ ਸਿੱਧੂ ਦੋਵੇਂ ਨਕਾਰੇ ਹਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਇਸ ਗੱਲ ਤੋਂ ਚਿੰਤਤ ਹੈ ਕਿ ਮੈਂ ਮੁੱਖ ਮੰਤਰੀ ਰਹੇ ਪੰਜਾਬ ਦੇ ਵਿੱਚ ਜੋ ਵਿਕਾਸ ਕੰਮ ਕੀਤੇ ਨੇ ਉਹਨਾਂ ਦੇ ਖਿਲਾਫ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਭਵਿੱਖवाणी ਕਰ ਸਕਦਾ ਹਾਂ ਕਿ ਕਾਂਗਰਸ ਨੂੰ ਇਨ੍ਹਾਂ ਚੋਣਾਂ ਦੇ ਵਿੱਚ 20 ਤੋਂ 30 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ ਉਹਨਾਂ ਨੇ ਕਿਹਾ ਕਿ ਅਸੀਂ ਪਟਿਆਲਾ ਤੇ ਆਸ-ਪਾਸ ਦੀਆਂ ਸੀਟਾਂ ਤੇ ਬਹੁਤ ਚੰਗੀ ਜਿੱਤ ਦਰਜ ਕਰਾਂਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦੇ ਵੱਲੋਂ ਸੂਬੇ ਦੇ ਵਿੱਚ ਕਰਾਏ ਗਏ ਵਿਕਾਸ ਕੰਮਾਂ ਦਾ ਕ੍ਰੈਡਿਟ ਨਵੇਂ ਮੁੱਖ ਮੰਤਰੀ ਚੰਗੇ ਸਿੰਘ ਚੰਨੀ ਨੂੰ ਦੇਣ ਦੇ ਲਈ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ ਹੈ ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਅੱਜ ਫਿਲਹਾਲ ਹੈ ਨਹੀਂ ਆਪਣੀ ਦੋਸ਼ੀ ਤਲ ਨੂੰ ਦੇਓ ਇਜਾਜ਼ਤ ਹੈ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ